ਵਿਦਿਆਰਥੀਓ ਆਪਾਂ ਅੱਜ 8ਵੀਂ ਜਮਾਤ ਦਾ ਜੋ ਪੈਸ ਦਾ ਟੈਸਟ ਹੋਇਆ ਸੀਗਾ ਫਰਸਟ ਅਚੀਵਮੈਂਟ ਟੈਸਟ ਜੋ ਕਿ 24 ਔਰ 28 25 ਅਗਸਤ ਨੂੰ ਹੋਇਆ ਸੀਗਾ ਉਸ ਦੇ ਬਾਰੇ ਆਪਾਂ ਅੱਜ 8ਵੀਂ ਜਮਾਤ ਦੇ ਜਿਹੜੇ ਪੇਪਰ ਹੈ ਮੈਂ ਤਾਂ ਉਹਨੂੰ ਆਪਾਂ ਸਮਝਾਂਗੇ ਕਿ ਆਪ ਕੋ ਪਹਿਲਾ ਕੁਐਸਚਨ ਹੈਗਾ ਹੇ ਲਿਖਿਆ ਵਿੱਚ ਇੱਕ ਦਿਨ ਦੇ ਸਮੇਂ ਸਮਾਨ ਸਮੇਂ ਨੂੰ ਕੀ ਦਰਸਾਉਂਦਾ ਹੈ ਮਤਲਬ ਤੁਹਾਨੂੰ ਪਤਾ ਹੈ ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਆ 24 ਘੰਟੇ ਹੁੰਦੇ ਆ ਠੀਕ ਹੈ ਤਾ ਅੱਜ ਹੁਣ 24 ਘੰਟੇ ਨਾਲ ਆਪਾਂ ਮਿੰਟਾਂ ਦੇ ਵਧਣਾ ਤਾਂ ਕਿੰਨੇ ਨਾਲ ਗੁਣਾ ਕਰਾਂਗੇ 60 ਨਾਲ ਗੁਣਾ ਕਰਾਂਗੇ 24 60 ਮਿੰਟ ਤਾਂ ਕਿਹੜੀ ਆਪਸ਼ਨ ਸਹੀ ਆਊਗੀ ਆਪਣੇ ਕੋਲ ਸੀ ਨੈਕਸਟ ਦਿੱਤੀ ਹੋਈ ਸਾਰਣੀ ਵਿੱਚ ਇੱਕਲਾ ਦੇ ਵਿਦਿਆਰਥੀਆਂ ਦਾ ਪ੍ਰਾਪਤ ਕੀਤੇ ਗਏ ਅੰਕ ਦਿੱਸੇ ਗਏ ਹੈ ਕਹਿੰਦੇ 6 ਤੋਂ ਵੱਧ ਕਿੰਨੇ ਵਿਅਕਤੀਆਂ ਨੇ ਵਿਦਿਆਰਥੀ ਨੇ ਅੰਕ ਪ੍ਰਾਪਤ ਕੀਤੇ ਹੈ 6 ਤੋਂ ਵੱਧ ਜਿਹੜੇ 7 ਤੋਂ ਲੈ ਕੇ 10 ਤੱਕ ਇਹਨੂੰ ਜੋੜ ਦਾਂਗੇ ਆਪਾਂ ਕਿੰਨਾ ਆਜੂ 6+4+10 10+5 15 15+2 17 ਕਿੰਨੇ ਵਿਦਿਆਰਥੀਆਂ ਨੇ 17 ਵਿਦਿਆਰਥੀਆਂ ਨੇ ਅਗੋ ਜਨਮ ਦਿਨ ਦੀ ਪਾਰਟੀ ਤੇ ਬੱਚੇ ਦੇ ਤੋਹਫੇ ਲਈ ਚੱਕਰ ਘਮਾਉਣਾ ਹੈ ਤਾਂ ਖੜਾਉਣਾ ਕਾਰ ਆਉਣ ਦੀ ਕੀ ਸੰਭਾਵਨਾ ਹੈ ਹੁਣ ਕਾਰ ਆਪਾਂ ਪਰ ਦੇਖੋ ਚੱਕਰ ਦੇ ਕਿੰਨੇ ਹਿੱਸੇ ਚ ਵੰਡਤਾ ਕੋਲੇ ਸੇ ਹੈਗੇ 8 ਕੋਲੇ ਸੇ ਕਿੰਨੇ ਹੈਗੇ 8 ਤਾਂ ਕਾਰ ਵਾਲੇ ਕਾਰ ਕਿੰਨੇ ਹਿੱਸੇ ਚ ਆਉਂਦੀ ਹੈ ਤਿੰਨ ਕਾਰ ਆਈ ਹੈ ਪਰ ਕੋਲੇ ਤਿੰਨ ਹੀ ਹਿੱਸੇ ਚ ਤਾਂ ਆਪ ਕੋ ਸਭਾਵਨਾ ਬਣ ਗਈ ਕੋਲ ਸੰਭਾਵਨਾ ਹੈਗੀ 8 ਤੇ ਅਨਕੂਲ ਹੈਗੀ 3 ਤਾਂ ਕੀ ਆ ਗਈ 3/8 ਦੇਖੋ ਪ੍ਰੰਦਿਤ ਹੈ ਗੋ ਵਿਚ ਨੰਬਰ ਯੂ ਵਿਲ ਗੈਟ ਵੈਨ 16 2/9 ਇਜ਼ ਅ ਰਾਉਂਡਰ ਟੂ ਦ ਨੀਅਰਸਟ ਹੋਲ ਨੰਬਰ ਆਪਾਂ ਨੂੰ ਇਹਦਾ ਨਿਕਤੀਕਰਨ ਕਰਨਾ 16/2 16 ਸਹੀ 2/9 ਦਾ ਦੇਖੋ ਪਹਿਲਾ 16 ਦਾ ਪੂਰਾ ਅੱਗੋਂ 2/9 ਦੇਖੋ ਇਹ 2/9 ਕੀ ਇੱਕ ਤੋਂ ਛੋਟਾ ਹੈ ਕਿਉਂਕਿ 0 ਤੇ 1 ਨੂੰ 9 ਭਾਗਾਂ 'ਚ ਵੰਡਿਆ ਤਾਂ ਕੀ ਆ ਗਿਆ 0 ਤੇ 1 ਦੇ ਵਿਚਕਾਰ ਆ ਗਿਆ 2/9 ਤਾਂ ਇਟ ਮੀਨ ਕੀ ਹੈ ਜਦੋਂ 0 ਤੇ 1 ਦੇ ਵਿਚਕਾਰ ਆ ਜਾਏ ਤਾਂ ਜਿਹੜਾ ਮੂਲ ਅੱਖਰ ਹੁੰਦਾ ਉਹੀ ਨਿਕਤੀਕਰਨ ਆਪਰਚ ਹੁੰਦਾ ਹੈ ਕਿਹੜਾ ਆ ਗਿਆ ਕੱਲਾ 16 ਆ ਗਿਆ ਅਗਰ ਦੇਖੋ ਇਹ ਗਰਲ ਬਾਟ ਹੈ 1 1/2 ਮੀਟਰ ਕਲੋਥ ਫॉर ਸ਼ਰਟ 2 2 1/4 ਮੀਟਰ ਕਲੋਥ ਫॉर ਕੁੜਤਾ ਹਾਊ ਮਚ ਟੋਟਲ ਕਲੋਥ ਹੀ ਦੇ ਬਾਟ ਟੁਗੇਦਰ ਉਹਨੇ ਕੁੱਲ ਕਿੰਨਾ ਕਪੜਾ ਖਰੀਦਿਆ ਕਮੀਜ਼ ਵਾਸਤੇ ਉਹਨੇ ਲਿਆ 1 1/2 ਇਹਦੇ ਸਿੰਘਾ ਤੋੜਾਂਗੇ 2 1/2 2 ਚੱਕ ਜੋੜਾ 3/2 ਤੇ ਆਪਰੇ ਕੋਲ ਜਿਹੜਾ ਕੁੜਤਾ ਲਿਆਉਣੇ 2/4 ਨੂੰ ਸੈਂਗਾਂ ਤੋੜਾਂਗੇ 2 ਚੋਕੇ 8 8 ਤੇ ਜਿਹੜਾ 9/4 ਦੇਖੋ ਹੁਣ ਆਪਰੇ ਕੋਲ ਇਹ 9/4 ਹੈ ਉੱਪਰ 3/2 ਆਪਾਂ ਦੋਵਾਂ ਦੇ ਹਰ ਬਰਾਬਰ ਕਰਦਨੇ ਆ ਉੱਪਰਲੇ ਨੂੰ ਹਰ ਬਰਾਬਰ ਲਈ 2 ਨਾਲ ਗੁਣਾ ਕਰਾਂਗੇ ਤਾਂ ਕੀ ਬਣ ਗਿਆ ਉੱਪਰ ਵੀ 2 ਨਾਲ ਗੁਣਾ ਕਰਤਾ ਥੱਲੇ ਵੀ 6/4 ਹੁਣ ਕੋਲੇ ਆਪਾਂ ਜੋੜਨਾ ਹੈ 6/4 ਤੇ 9/4 ਨੂੰ ਦੋਵਾਂ ਜੋੜਾਂਗੇ ਦੇਖੋ ਹਰ ਦੋਵਾਂ ਦੇ ਇੱਕ ਹੋ ਜਾਗੇ ਤਾਂ ਹਰ ਇੱਕੋ ਜਿਹਾ ਤਾਂ ਥੱਲੇ 4 ਉਹ ਵੀ ਲੱਗ ਗਿਆ ਤੇ 6 ਤੇ 9 ਨੂੰ ਜੋੜਿਆ 15/4 ਔਰ 15 ਤੇ 4 ਦੀ ਆਪਾਂ ਸੈਂਗਾਂ ਤੋੜਾਂਗੇ 12 ਨੂੰ 4 ਨਾਲ ਭਾਗ ਕਰਾਂਗੇ 3 4 12 ਥੱਲੇ ਬਚ ਗਿਆ 3 3 ਸਹੀ 3/4 ਧੰਨਵਾਦ